ਫਾਜ਼ਿਲਕਾ ਦੇ ਗਾਂਧੀ ਨਗਰ ਮੁਹੱਲੇ ਦੇ ਵਿੱਚ ਬੰਦ ਪਏ ਮਕਾਨ ਦੇ ਅੰਦਰ ਹੋਈ ਚੋਰੀ ਦੀ ਵਾਰਦਾਤ। ਇਲੈਕਟ੍ਰੋਨਿਕਸ ਦਾ ਸਮਾਨ ਅਤੇ ਇਨਵਰਟਰ ਦਾ ਬੈਟਰਾ ਲੈ ਕੇ ਚੋਰ। ਫਾਜ਼ਿਲਕਾ ਦੇ ਗਾਂਧੀ ਨਗਰ ਮੁਹੱਲੇ ਦੇ ਵਿੱਚ ਬੰਦ ਪਏ ਮਕਾਨ ਦੇ ਵਿੱਚ ਚੋਰੀ ਦੀ ਵਾਰਦਾਤ ਹੋਈ ਹੈ। ਮਕਾਨ ਦੇ ਅੰਦਰੋਂ ਇਲੈਕਟ੍ਰੋਨਿਕਸ ਦਾ ਸਮਾਨ ਅਤੇ ਇਨਵਰਟਰ ਦੇ ਬੈਟਰੇ ਨੂੰ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ। ਜਾਣਕਾਰੀ ਦਿੰਦੇ ਮਕਾਨ ਮਾਲਕਾਂ ਨੇ ਦੱਸਿਆ ਕਿ ਉਹ ਵਿਜੇ ਕਲੋਨੀ ਦੇ ਵਿੱਚ ਰਹਿੰਦੇ ਹਨ ਅਤੇ ਉਹਨਾਂ ਦਾ ਇਹ ਮਕਾਨ ਬੰਦ ਪਿਆ ਜਿੱਥੇ ਉਹ ਲਗਾਤਾਰ ਚੱਕਰ ਮਾਰਦੇ ਰਹਿੰਦੇ ਹਨ। ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਨੂੰ ਪੜੋਸੀਆਂ ਦਾ ਫੋਨ ਆਇਆ ਕਿ ਉਹਨਾਂ ਦਾ ਦਰਵਾਜ਼ਾ ਖੁੱਲ੍ਹਾ ਪਿਆ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਤਾਂ ਉਹਨਾਂ ਵੱਲੋਂ ਇੱਥੇ ਆ ਕੇ ਦੇਖਿਆ ਗਿਆ ਤਾਂ ਮਕਾਨ ਦੇ ਅੰਦਰ ਚੋਰੀ ਹੋ ਚੁੱਕੀ ਸੀ ਅਤੇ ਇਲੈਕਟ੍ਰੋਨਿਕ ਦਾ ਸਮਾਨ ਚੋਰੀ ਹੋ ਗਿਆ ਸੀ। ਇਸ ਦੇ ਨਾਲ ਹੀ ਇਨਵਰਟਰ ਦਾ ਬੈਟਰਾ ਅਤੇ ਹੋਰ ਸਮਾਨ ਵੀ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਸੀ। ਉਹਨਾਂ ਨੇ ਇਸ ਮਾਮਲੇ ਦੇ ਵਿੱਚ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਕਾਰਵਾਈ ਦੀ ਮੰਗ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਕੀ ਨਾਮ ਹੈ ਤੁਹਾਡਾ ਜੀ? ਸੁਰੇਸ਼ ਕੁਮਾਰ। ਹਾਂਜੀ, ਇਹ ਕਿਹੜਾ ਮਹੱਲਾ ਜੀ? ਕਿੱਥੇ? ਮਹੱਲਾ ਇਹ ਗਾਂਧੀ ਨਗਰ ਹੈ ਜੀ। ਜੀ, ਕਮਰਾ ਸਟਰੀਟ ਜੀ। ਹਾਂਜੀ, ਇਹ ਕਿਵੇਂ ਪਤਾ ਲੱਗਿਆ ਤੁਹਾਨੂੰ ਜੇ ਤੇਰੇ ਘਰੇ ਚੋਰੀ ਹੋਈ ਹੈ? ਇਹ ਮੈਨੂੰ ਸਾਹਮਣੇ ਘਰ ਦਾ ਫੋਨ ਆਇਆ ਸੀ ਉਹਨਾਂ ਲੇਡੀਜ਼ ਦਾ ਵੀ ਤੁਹਾਡਾ ਗੇਟ ਖੁੱਲ੍ਹਾ ਹੈਗਾ ਅਤੇ ਤੁਸੀਂ ਆਏ ਸੀ ਅੱਜ। ਮੈਂ ਕਿਹਾ ਨਹੀਂ, ਮੈਂ ਅੱਜ ਤਾਂ ਉੱਥੇ ਆਇਆ ਹੀ ਨਹੀਂ। ਕਹਿੰਦੇ ਗੇਟ ਖੁੱਲ੍ਹਾ ਹੈਗਾ ਤੁਹਾਡਾ, ਅੰਦਰ ਵੀ ਗੇਟ ਖੁੱਲ੍ਹਿਆ, ਕਹਿੰਦੇ ਤੁਸੀਂ ਆ ਕੇ ਚੈੱਕ ਕਰੋ। ਫਿਰ ਮੈਂ ਆ ਕੇ ਦੇਖਿਆ ਤਾਂ ਸਾਰਾ ਕੁਛ ਖੁੱਲ੍ਹਿਆ ਪਿਆ ਸੀ। ਫਿਰ ਮੈਂ ਕਿਹਾ ਵੀ ਇਹ ਤਾਂ ਚੋਰੀ ਹੋ ਗਈ, ਸਮਾਨ ਲੈ ਕੇ ਚੱਕ ਕੇ। ਤੁਸੀਂ ਆ ਕੇ ਦੇਖਿਆ ਤਾਂ ਕੀ ਕੁਛ ਚੋਰੀ, ਜਿਹੜਾ ਕਿ ਸਮਾਨ ਹੋਇਆ? ਬੈੱਡ ਦੇ ਵਿੱਚ ਕੁਛ ਇਲੈਕਟ੍ਰੋਨਿਕਸ ਸਮਾਨ ਹੈਗਾ ਸੀ, ਗਿਫਟਸ ਵਗੈਰਾ ਸੀ, ਤਾਂ ਉਹ ਚੱਕ ਕੇ ਲੈ ਗਿਆ। ਅਤੇ ਇਹਦੇ ਵਿੱਚ ਸਾਡੇ ਕੋਈ ਸਰਟੀਫਿਕੇਟ ਵਗੈਰਾ ਪਏ ਹੋਏ ਸੀ, ਉਹ ਚੱਕ ਕੇ ਲੈ ਗਿਆ। ਸਾੜੀਆਂ ਸੂੜੀਆਂ ਹੈਗੀਆਂ ਸੀ ਅਲਮਾਰੀ ਦੇ ਵਿੱਚ, ਉਹ ਲੈ ਗਏ। ਇੱਕ ਬੈਟਰਾ ਸੀ ਅੰਦਰ, ਉਹ ਬੈਟਰਾ ਚੱਕ ਕੇ ਲੈ ਗਿਆ। ਕੀ ਮੰਨਣਾ, ਕਿੰਨੇ ਉਹਦਾ ਨੁਕਸਾਨ ਹੋਇਆ? ਨੁਕਸਾਨ ਤੁਹਾਨੂੰ ਪੂਰਾ ਵੇਖਣ 'ਤੇ ਪਤਾ ਲੱਗੇਗਾ ਵੀ ਕਿਹੜੀ ਕਿਹੜੀ ਚੀਜ਼ ਚੱਕੀ ਗਈ। ਜੇ ਤੁਸੀਂ ਦੇਖ ਰਹੇ ਹੋ? ਹਾਂ, ਅਜੇ ਸਮਾਨ ਦੀ ਮਤਲਬ ਨਹੀਂ, ਘਰ ਦੇ ਵਿੱਚ ਕੋਈ ਨਹੀਂ ਹੈਗਾ ਸੀ? ਨਹੀਂ, ਘਰ ਦੇ ਵਿੱਚ ਕੋਈ ਨਹੀਂ ਸੀ, ਕਿਉਂਕਿ ਅਸੀਂ ਉੱਧਰ ਵਿਜੇ ਕਲੋਨੀ ਵਿੱਚ ਚਲੇ ਗਏ ਸੀ। ਇੱਥੇ ਘਰ ਤਾਂ ਬੰਦ ਹੀ ਸੀ, ਪਰ ਅਸੀਂ ਮਤਲਬ ਆ ਕੇ ਚੱਕਰ ਮਾਰਦੇ ਰਹਿੰਦੇ ਸੀ। ਅਸੀਂ ਮਤਲਬ ਕਦੇ ਦਿਨੇ ਆ ਗਿਆ, ਕਦੇ ਸ਼ਾਮੀ ਮਾਰ ਕੇ ਚੱਕਰ, ਈਵਨ ਅਸੀਂ ਲਾਈਟ ਵੀ ਜਗਾ ਕੇ ਛੱਡ ਕੇ ਜਾਂਦੇ ਸੀ। ਜੀ, ਇਹ ਆਏ ਕਿਹੜੇ ਪਾਸੋਂ ਨੇ, ਕੋਈ ਪਤਾ ਲੱਗਿਆ? ਇਹ ਗੇਟ ਤੋੜ ਕੇ ਆਏ ਹੋਣੇ ਨੇ, ਮੈਨੂੰ ਤਾਂ ਲੱਗਦਾ ਜਿਹੜਾ ਤਾਲਾ ਤੋੜਿਆ ਨਾ ਬਾਹਰੋਂ ਦੇ, ਇਹ ਗੇਟ ਉਹਨਾਂ ਨੇ ਖੋਲ ਕੇ ਅਤੇ ਮੇਨ ਗੇਟ ਤੋਂ ਆਏ ਹੋਏ ਲੱਗਦਾ। ਤਾਲਾ ਉਹ ਨਾਲ ਹੀ ਲੈ ਗਿਆ ਲਾ ਤੋੜ ਕੇ। ਹਾਂ, ਚੋਰੀਆਂ ਸ਼ਹਿਰ 'ਚ ਬਹੁਤ ਜ਼ਿਆਦਾ ਹੋ ਰਹੀਆਂ ਨੇ, ਦਿਨ ਦੀ ਅਸੀਂ ਪੁਲਿਸ ਕੰਪਲੇਂਟ ਕਰਨ ਲੱਗੇ ਹਾਂ ਅਤੇ ਇਹ ਚੋਰਾਂ ਤੋਂ ਟੂਤੇ ਨਕੇਲ ਪਾਈ ਜਾਵੇ ਅਤੇ ਬਾਕੀ ਲੋਕ ਚੈਨ ਦੀ ਜ਼ਿੰਦਗੀ ਜੀ ਸਕਣ।